ਸਾਡੇ ਨਾ ਕਿਸਾਨ ਜਿਹੜੇ ਸੰਗਠਨ ਆ ਉਹਨਾਂ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਜ਼ਮੀਨਾਂ ਬਚਾਉਣ ਨੂੰ ਲੈ ਕੇ ਅਤੇ ਜ਼ਮੀਨਾਂ ਬਚਾਉਣ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਲੜਾਈ ਲੜਦੀਆਂ ਰਹੀਆਂ ਉਹਨਾਂ ਬਾਰੇ ਮੈਂ ਅਕਸਰ ਹੀ ਇਹ ਕਹਿੰਦਾ ਵੀ ਜਿਹੜੇ ਸਾਮਰਾਜਵਾਦ ਦੇ ਖਿਲਾਫ ਤੁਸੀਂ ਨਾਅਰਾ ਲਾਉਂਦੇ ਹੋ ਸਾਮਰਾਜਵਾਦ ਮੁਰਤਾਬਾਦ ਤੁਹਾਡੀ ਟੋਇਲਟ ਤੋਂ ਲੈ ਕੇ ਤੁਹਾਡੀ ਰਸੋਈ ਤੱਕ ਉਹ ਸਾਮਰਾਜ ਚੰਗੀ ਤਰ੍ਹਾਂ ਬੜਿਆ ਬੈਠਾ ਘੁਸਿਆ ਬੈਠਾ ਤੁਸੀਂ ਉਹਨਾਂ ਦੇ ਚੰਗੁਲ 'ਚ ਫਸੇ ਹੋਏ ਹੋ ਅਤੇ ਜੇ ਸਮਾਨ ਤੁਸੀਂ ਸਾਰਾ ਉਹਨਾਂ ਦਾ ਖਰੀਦਣਾ ਟੋਇਲਟ ਤੋਂ ਲੈ ਕੇ ਰਸੋਈ ਤੱਕ ਵਰਤਣ ਵਾਲਾ ਅਤੇ ਫਿਰ ਤੁਸੀਂ ਉਹਨਾਂ ਦਾ ਮੁਰਦਾਬਾਦ ਦਾ ਨਾਅਰਾ ਲਾਉਣਾ ਅਤੇ ਇੱਦਾਂ ਤਾਂ ਉਹ ਮੁਰਦਾਬਾਦ ਹੋਣਾ ਨਹੀਂ ਅਤੇ ਇਸ ਤਰ੍ਹਾਂ ਦੀ ਇੱਕ ਘਟਨਾ ਤੁਸੀਂ ਜਦੋਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਜਾਂਦੇ ਰਹੇ ਆ ਦੋ ਹਫ਼ਤਾ ਹਫ਼ਤਾ ਉੱਥੇ ਰਹਿੰਦੇ ਸੀ ਦੋ ਦਿਨ ਇੱਥੇ ਆ ਜਾਂਦੇ ਸੀ ਅਤੇ ਲਗਾਤਾਰ 3 ਮਹੀਨੇ ਤੁਸੀਂ ਆਪਣੇ ਮਿੱਤਰਾਂ ਨਾਲ ਉੱਥੇ ਗਏ ਆ ਤਾਂ ਉੱਥੇ ਜਿਹੜਾ ਉਹ ਘਟਨਾਕ੍ਰਮ ਹੈ ਤੁਸੀਂ ਦੇਸੀ ਲਾਈਫ ਦੇ ਨਾਲ ਉੱਥੇ ਸੀ ਅਤੇ ਜਿਹੜੇ ਸਾਡੇ ਬਾਕੀ ਸਾਥੀ ਹੈਗੇ ਉਹ ਇੱਕ ਤਾਂ ਨਾਲ ਵਿਦੇਸ਼ੀ ਲਾਈਫ ਦੇ ਨਾਲ ਉੱਥੇ ਸੀ ਤਾਂ ਦੇਸੀ ਵਿਦੇਸ਼ੀ ਵਾਲਾ ਇਹ ਥੋੜ੍ਹਾ ਜਿਹਾ ਘਟਨਾਕ੍ਰਮ ਸਾਂਝਾ ਕਰੋ ਮੈਂ ਜਿਹਦੇ ਵਿੱਚ ਰਿਫਾਈਨਡ ਆਇਲ ਮੁੱਖ ਤੌਰ 'ਤੇ ਥੋੜ੍ਹੀ ਗੱਲ ਲੰਬੀ ਹੋ ਜੂਗੀ ਪਰ ਮੈਂ ਤੁਹਾਨੂੰ ਪੂਰੀ ਜ਼ਰੂਰੀ ਹੈ ਖੈਰ ਅਸੀਂ ਜਦੋਂ ਉਸ ਜਿਹੜੇ ਚੌਂਕੇ ਚੁੱਲ੍ਹੇ ਬਣ ਗਏ ਸੀ ਹੈ ਨਾ ਨਾਲ ਨਾਲ ਤਾਂ ਜਿਹੜਾ ਮੈਕਸੀਮਮ ਉੱਥੇ ਤੇਲ ਵਰਤਿਆ ਜਾ ਰਿਹਾ ਸੀਗਾ ਪਹਿਲੀ ਪ੍ਰਾਇੋਰਟੀ ਸੀ ਜਿਹੜੀ ਲੋਕਾਂ ਦੀ ਉਹ ਰਿਫਾਈਨ ਸੀ ਜੀ ਅਸੀਂ ਜਦੋਂ ਗਏ ਤੇ ਸਾਡਾ ਜਿਹੜਾ ਚੌਂਕਾ ਚੁੱਲ੍ਹਾ ਸੀ ਉਹ 'ਚ ਸਰੋਂ ਦਾ ਰੱਖ ਲਿਆ ਠੀਕ ਹੈ ਜੀ ਸਿੰਘ ਦਾ ਨਮਕ ਲਿਆ ਆਟਾ ਵੀ ਥੋੜ੍ਹੇ ਦੋ ਦਿਨ ਆਟੇ ਰਲਾ ਕੇ ਮਿਕਸ ਕਰ ਲਿਆ ਉਹ ਜਦੋਂ ਅਸੀਂ ਵਾਪਸ ਆਉਂਦੇ ਸੀਗੇ ਵੀ ਦੋ ਦਿਨ ਵਾਪਸ ਆਏ ਸਾਡੇ ਜਾਂਦੇ ਨੂੰ ਸਾਡੇ ਵਾਲਾ ਸਮਾਨ ਡੱਬੇ 'ਚ ਪਾ ਕੇ ਸਾਈਡ 'ਤੇ ਉਹਦੇ ਫੇਰ ਰਿਫਾਈਨ ਚੱਲਦੇ ਕਾਰਪੋਰੇਟ ਦਾ ਹੋਵੇ ਹਾਂ ਹੁਣ ਰਿਫਾਈਨਡ ਤਾਂ ਸਾਡਾ ਤੁਹਾਡਾ ਸਾਰਾ ਜਿਹੜਾ ਹੁਣ ਜਿਹੜੇ ਅਡਾਨੀਆਂ ਨਾਲ ਲੜਦੇ ਸੀ ਫੋਰਚੂਨ ਫੂਰਚੂਨ ਕਿੰਨਾ ਦੇ ਨੇ ਉਹਨਾਂ ਦਾ ਹੀ ਉਹਨਾਂ ਦੇ ਤੇਲ ਵੇਖ ਰਿਹਾ ਅਸੀਂ ਤਾਂ ਮੋਰਚਾ ਲਾਈ ਬੈਠੇ ਉਹਨਾਂ ਨਾਲ ਲੜਨ ਲਈ ਸਮਾਨ ਅਸੀਂ ਉਹਨਾਂ ਦੇ ਖਰੀਦ ਰਹੇ ਹਾਂ ਬਿਲਕੁਲ ਦੂਸਰਾ ਮੈਂ ਨਾ ਉੱਥੇ ਆਪਣੇ ਨਾਲ ਕੁੜੀ ਉਹ ਰੂਪਨੀਤ ਮੈਨੂੰ ਬਾਈ ਚਾਂਸ ਉੱਥੇ ਮਿਲ ਗਈ ਉਹਨਾਂ ਨੇ ਉੱਥੇ ਇੱਕ ਸੱਥ ਬਣਾਈ ਹੋਈ ਸੀ ਅਤੇ ਉੱਥੇ ਸੰਵਾਦ ਕਰਦੇ ਰਹਿੰਦੇ ਸੀ ਮੈਨੂੰ ਮਿਲ ਗਈ ਅਤੇ ਮੈਨੂੰ ਉਹਨੇ ਬੁਲਾ ਲਿਆ ਮੈਂ ਉੱਥੇ ਇੱਕ ਗੱਲ ਕੀਤੀ ਸੀ ਮੈਂ ਅੱਜ ਤੁਹਾਨੂੰ ਸੁਣਾ ਦਿੰਦਾ ਉਹ ਇਹੀ ਗੱਲ ਵੀ ਸਾਮਰਾਜਵਾਦ ਮੁਰਦਾਬਾਦ ਸਾਡਾ ਨਾਅਰਾ ਗਾ ਸਾਮਰਾਜਵਾਦ ਮੁਰਦਾਬਾਦ ਕਿਵੇਂ ਹੋਊਗਾ ਆਪਾਂ ਆਪਣੀ ਜ਼ਿੰਦਗੀ ਜਾਂ ਆਪਣੀ ਖੇਤੀ ਚੱਲਦੇ ਹਾਂ ਪਹਿਲੀ ਚੀਜ਼ ਸਾਨੂੰ ਚਾਹੀਦੀ ਹੈ ਬੀਜ ਬੀਜ ਪੰਜਾਬ ਦੇ ਵਿੱਚ 99% ਕਿਸਾਨਾਂ ਕੋਲ ਹੈ ਨਹੀਂ ਈਵਨ ਅਸੀਂ ਇੰਨੀ ਕੋਸ਼ਿਸ਼ ਕਰ ਰਹੇ ਸਾਡੇ ਕੋਲ ਵੀ ਸਾਨੂੰ ਬੀਜ ਬਾਜ਼ਾਰੋਂ ਲੈਣੇ ਪੈਂਦੇ ਕਈ ਬੀਜ ਕਿੱਥੋਂ ਲੈਂਦੇ ਹਾਂ ਅਸੀਂ ਸਾਨੂੰ ਮਨਸੈਂਟੋ ਦਿੰਦੀ ਆ ਸਾਨੂੰ ਸੰਜੈਂਟਾ ਦਿੰਦੀ ਆ ਸਾਨੂੰ ਬਾਇਰ ਦਿੰਦੀ ਆ ਸਾਨੂੰ ਵਿਊ ਪੁਆਇੰਟ ਦਿੰਦੀ ਆ ਸਰਮਾਇਦਾਰ ਨਹੀਂ ਫਿਰ ਸਾਡੀ ਮਿੱਟੀ ਮਿੱਟੀ ਸਾਡੀ ਮਰੀ ਹੋਈ ਪਈ ਹੈ ਅਸੀਂ ਜਿਹੜਾ ਯੂਰੀਆ ਡੀਏਪੀ ਪੋਟਾਸ਼ ਮੈਗਨੀਜ਼ ਪਾਉਣਾ ਹੈ ਫਿਰ ਉਦੋਂ ਬਾਅਦ ਜਿਹੜੇ ਕੋਈ ਪੈਸਟੀਸਾਈਡ ਹਰਬੀਸਾਈਡ ਵੀਡੀਸਾਈਡ ਉਹ ਵੀ ਉਹਨਾਂ ਨੇ ਦੇਣੇ ਉਹੀ ਮਨਸੈਂਟੋ ਸੰਜੈਂਟਾ ਦੇਣੇ ਠੀਕ ਹੈ ਜੀ ਫਿਰ ਆ ਜਾਓ ਪਾਣੀ 'ਤੇ ਪਾਣੀ ਦਾ ਜਿੰਨਾ ਸੈਟਅਪ ਹੈ ਚਾਹੇ ਉਹ ਮੋਟਰਾਂ ਚਾਹੇ ਜਿੰਦਲ ਵਾਲੇ ਪੈਪ ਦੇ ਰਹੇ ਜਿੰਦਲ ਵਾਲੇ ਸਰਮਾਇਦਾਰ ਨੇ ਜਾਮ ਕੱਢਣ ਲਈ ਬਿਜਲੀ ਬਿਜਲੀ ਪੰਜਾਬ ਰਿਲਾਇੰਸ ਤੋਂ ਲੈਂਦਾ ਟਾਟਾ ਤੋਂ ਲੈਂਦਾ ਠੀਕ ਹੈ ਚੌਥੀ ਚੀਜ਼ ਆ ਜੋ ਮਿਹਨਤ ਉਹ ਹੁਣ ਸਾਡੇ ਟੱਬਰ ਛੋਟੇ ਹੋ ਗਏ ਅਸੀਂ ਅੱਡ ਅੱਡ ਰਹਿਣ ਲੱਗ ਗਏ ਬਹੁਤ ਛੇਤੀ ਹੈ ਨਾ ਘਰ ਬਣਾ ਲੈਂਦੇ ਅੱਡ ਮਿਹਨਤ ਕਰਨੀ ਛੱਡ ਗਏ ਸਾਡੇ ਕੋਲ ਮਸ਼ੀਨਰੀ ਆ ਗਈ ਇਹ ਮਹਿੰਦਰਾ ਤੁਹਾਡੇ ਜੌਨ ਡੀਅਰ ਤੁਹਾਡੇ ਸਵਰਾਜ ਤੁਹਾਡੇ ਫੋਰਡ ਤੁਹਾਡੇ ਹਾਲੈਂਡ ਕੌਣ ਨੇ ਜੋ ਵੀ ਹੈ ਜਿੰਨੀ ਵੀ ਹੈ ਸਾਰੇ ਸਰਮਾਏ ਪੰਜਵੀਂ ਚੀਜ਼ ਸਾਡੀ ਖੁਰਾਕ ਪੰਜਵੀਂ ਚੀਜ਼ ਸਾਡੀ ਖੁਰਾਕ ਖੁਰਾਕ ਅਸੀਂ ਪੈਦਾ ਕਰਦੇ ਹਾਂ ਕਣਕ ਅਤੇ ਚੌਲ ਚੌਲ ਅਸੀਂ ਖਾਂਦੇ ਨਹੀਂ ਕਣਕ ਅਸੀਂ ਆਪਦੀ ਘਰੇ ਰੱਖ ਲੈਂਦੇ ਹਾਂ ਪਰ ਜੇ ਤੁਸੀਂ ਇੱਕ ਸਾਦੀ ਰਸੋਈ ਦੇਖੋ ਬਿਲਕੁਲ ਸਾਦੀ ਜਿਹੜਾ ਭੋਜਨ ਬਣਦਾ ਉੱਥੇ 40 ਚੀਜ਼ਾਂ ਚਾਹੀਦੀਆਂ ਘੱਟੋ ਘੱਟ ਇਹਦਾ ਮਤਲਬ 40 ਚੀਜ਼ਾਂ 'ਚੋਂ 39 ਚੀਜ਼ਾਂ ਅਸੀਂ ਬਾਜ਼ਾਰ 'ਚੋਂ ਲਿਆਉਂਦੇ ਹਾਂ ਹੁਣ ਟਾਟਾ ਦੇ ਮਸਾਲੇ ਰਿਲਾਇੰਸ ਦੀਆਂ ਦਾਲਾਂ ਮਿਲਦੇ ਨੇ ਯਾਰ ਬਿਲਕੁਲ ਠੀਕ ਹੈ ਉਹ ਹੋਣ ਲੱਗੇ 5 ਚੀਜ਼ਾਂ ਹੋ ਗਈਆਂ ਆਪਣੀਆਂ 6ਵੀਂ ਚੀਜ਼ ਸਿਹਤ ਅਸੀਂ ਮਿਹਨਤ ਛੱਡ ਗਏ ਸਾਡੀ ਖੁਰਾਕ ਗੰਦੀ ਹੋ ਗਈ ਠੀਕ ਹੈ ਅੱਛਾ ਗੰਦੀ ਖੁਰਾਕ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਫੂਡ ਆ ਜਿਹੜੇ ਅਸੀਂ ਮੈਕਡੋਨਲਡ ਜਿਹੜੇ KFC ਖਾ ਰਹੇ ਹਾਂ ਐਡੀ ਗੰਦਗੀ ਚਲੋ ਉਹ ਗੰਦਾ ਭੋਜਨ ਖਾ ਕੇ ਅਸੀਂ ਹੋਏ ਬਿਮਾਰ ਬਿਮਾਰ ਹੋ ਗਏ ਅਸੀਂ ਸਿਹਤ ਖਰੀਦਣ ਜਾਂਦੇ ਹਾਂ ਵੱਡੇ ਹਸਪਤਾਲ ਅਪੋਲੋ DMCC ਸਾਰੀ ਫਾਰਮਾਸੂਟੀਕਲ ਇੰਡਸਟਰੀ ਕਾਰਪੋਰੇਟ ਸੱਤਵੀਂ ਚੀਜ਼ ਮਤਲਬ ਵੱਧ ਵੀ ਹੋ ਸਕਦੇ ਪਰ ਮੈਨੂੰ 7 ਜੁਜਾ ਚੀਆਂ ਸੱਤਵੀਂ ਚੀਜ਼ ਪੈਸਾ ਸਾਡੀ ਜ਼ਿੰਦਗੀ ਚਲਾਉਣ ਲਈ ਪੈਸੇ ਦੇ ਰੋਲ ਹੈ ਪੈਸਾ ਕਿਸਾਨ ਕੋਲ ਕਿੱਥੋਂ ਆਉਂਦਾ ਬੈਂਕ 'ਚੋਂ ਸਾਰ ਕੋਲ ਤਾਂ ਪੈਸਾ ਨਹੀਂ ਜਾਂ ਸੋਸਾਇਟੀਆਂ 'ਚੋਂ ਜਾਂ ਬੈਂਕ 'ਚੋਂ ਬੈਂਕ 2 ਤਰ੍ਹਾਂ ਦੇ ਨੇ ਇੱਕ ਪ੍ਰਾਈਵੇਟ ਇੱਕ ਸਰਕਾਰੀ ਪ੍ਰਾਈਵੇਟ ਸਰਮਾਏਦਾਰਾਂ ਦੇ ਸਰਕਾਰੀ ਸਰਕਾਰ ਦੇ ਸਰਕਾਰ ਸਰਮਾਏਦਾਰਾਂ ਦੇ ਕੰਟਰੋਲ ਉਹਨਾਂ ਦੇ ਮਤਲਬ ਤੁਸੀਂ ਇਹ ਦੇਖੋ ਹੁਣ ਅਸੀਂ ਸਰਮਾਏਦਾਰੀ ਮੁਰਦਾਬਾਦ ਦਾ ਨਾਅਰਾ ਲਾਉਂਦੇ ਕਿਵੇਂ ਹੋਊਗਾ ਯਾਰ ਮੁਰਦਾਬਾਦ ਉਹਨਾਂ ਦੀ ਅਸੀਂ ਤਾਂ ਸਾਡੀ ਮਿਹਨਤ ਦੀ 90% ਕਮਾਈ ਉਹਨਾਂ ਨੂੰ ਦੇ ਰਹੇ ਹਾਂ ਬਿਲਕੁਲ ਉਹ ਕਿਵੇਂ ਹੁੰਦਾ ਪਾਉਂਦੇ ਸੋ ਜਿਹੜੀ ਤੁਸੀਂ ਰਿਫਾਈਨਡ ਆਇਲ ਵਾਲੀ ਉੱਤੇ ਗੱਲ ਸਾਂਝੀ ਕੀਤੀ ਵੀ ਸਾਰਾ ਸਮਾਨ ਸਾਡਾ ਤਾਂ ਉਹ ਸਾਈਡ 'ਤੇ ਕਰ ਦਿੰਦੇ ਸੀ ਜਿਹੜੇ 2 ਦਿਨ ਅਸੀਂ ਵਾਪਸ ਆਉਂਦੇ ਸੀ
ਤੇ ਉਹੀ ਸਮਾਨ ਉਹ ਮੂਹਰੇ ਕਰ ਲੈਂਦੇ ਸੀ ਉਹਨਾਂ ਦੋ ਦਿਨਾਂ 'ਚ ਉਹ ਪੂਰੀ ਸਰਮਾਏਦਾਰਾਂ ਨੂੰ ਮੌਜ ਬਣਾਉਂਦੇ ਸੀ ਤਾਂ ਇਹ ਜਿਹੜਾ ਸਵਾਲ ਆ ਇਹਦੇ 'ਤੇ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਵੀ ਅਸੀਂ ਲੜਾਈ ਲੜ ਰਹੇ ਸੀ ਉਹਨਾਂ ਦੇ ਖਿਲਾਫ ਅਤੇ ਸਰੋਂ ਦੇ ਤੇਲ ਨੂੰ ਅਸੀਂ ਧੱਕੇ ਮਾਰਦੇ ਰਹੇ ਸੀ ਅਤੇ ਫਿਰ ਲੜਾਈ ਜਿੱਤੀ ਕਿਵੇਂ ਜਾਊਗੀ ਸਰੋਂ ਦਾ ਤੇਲ ਸਾਡਾ ਆਪਦਾ ਹਾਂ ਠੀਕ ਹੈ ਅਸੀਂ ਪੈਦਾ ਕਰਦੇ ਜੇ ਉਹ ਸਰੋਂ ਦਾ ਤੇਲ ਅਸੀਂ ਵਰਤਦੇ ਤਾਂ ਸਾਡੇ ਕਿਸਾਨਾਂ ਦਾ ਵਰਤਿਆ ਜਾਂਦਾ ਉਹਦੇ ਵਿੱਚ ਨਾ ਇੱਕ ਜਿਹੜੀ ਤੁਸੀਂ ਕਿਸਾਨ ਯੂਨੀਅਨ ਜੇ ਉਹ ਅਸੀਂ ਨਹੀਂ ਵਰਤਾਂਗੇ ਤਾਂ ਡਿਮਾਂਡ ਕਿਵੇਂ ਹੋਊਗੀ ਉਹਦੀ ਜਥੇਬੰਦੀਆਂ ਜਿਹੜੀ ਗੱਲ ਕੀਤੀ ਨਾ ਮੈਂ ਜਥੇਬੰਦੀਆਂ ਨੂੰ ਮੈਂ ਜੋ ਮੇਰੇ ਆਪਣੇ ਮਨ ਦੀ ਗੱਲ ਆ ਨਾ ਕਿ ਮੈਂ ਜਥੇਬੰਦੀਆਂ ਨੇ ਜਿੰਨੀਆਂ ਚਾਹੇ ਕਿਸਾਨ ਯੂਨੀਅਨਸ ਨੇ ਜਾਂ ਟ੍ਰੇਡ ਯੂਨੀਅਨਸ ਨੇ ਮੈਂ ਉਹਨਾਂ ਨੂੰ ਬਹੁਤ ਪੋਜ਼ਿਟਿਵ ਉਹਨਾਂ ਦਾ ਰੋਲ ਦੇਖਦਾ ਬਹੁਤ ਜ਼ਰੂਰੀ ਰੋਲ ਆ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਦਾ ਪ੍ਰੈਸ਼ਰ ਗਰੁੱਪਸ ਦਾ ਪ੍ਰੈਸ਼ਰ ਗਰੁੱਪਸ ਦਾ ਪਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੇ ਵਿੱਚ ਨਾ ਮੈਨੂੰ ਖਾਸ ਕਰਕੇ ਕਿਸਾਨ ਯੂਨੀਅਨਸ ਦੇ ਵਿੱਚ ਜਾਂ ਬਾਕੀ ਯੂਨੀਅਨ ਦੇ ਵਿੱਚ ਮੈਨੂੰ ਲੱਗਦਾ ਵੀ ਉਹਨਾਂ ਨੂੰ ਐਜੂਕੇਟ ਹੋਣ ਦੀ ਬਹੁਤ ਲੋੜ ਸਮਝ ਤੇ ਇਟਲੀ ਹੈ ਹਲੇ ਬੜੀ ਲੋੜ ਆ ਉਹਨੂੰ ਆਪਣੀ ਸਮਝ ਨੂੰ ਕਿਸੇ ਲੈਵਲ ਤੇ ਲੈ ਕੇ ਜਾਣ ਕਿ ਅਸੀਂ ਲੜ ਤਾਂ ਰਹੇ ਹਾਂ ਯਾਰ ਜਿਹਦੇ ਨਾਲ ਲੜ ਰਹੇ ਹਾਂ ਅਸੀਂ ਉਹਨੂੰ ਹਰਾ ਰਹੇ ਹਾਂ ਜਾਂ ਉਹਨੂੰ ਤਕੜਾ ਕਰ ਰਹੇ ਹਾਂ ਇਹ ਸਮਝ ਸਾਨੂੰ ਹਲੇ ਬਣਾਉਣੀ ਪਊ ਦੇਖੋ ਰਿਸੋਰਸਸ ਤਾਂ ਸਾਡੇ ਲੱਗ ਰਹੇ ਆ ਰਿਸੋਰਸਸ ਲੱਗਣ ਤੋਂ ਬਾਅਦ ਸਾਡੇ ਐਨਰਜੀ ਵੀ ਸਾਡੀ ਲੱਗ ਰਹੀ ਅਤੇ ਫਾਇਦਾ ਉਹਨਾਂ ਨੂੰ ਹੋ ਰਿਹਾ ਤਾਂ ਇਹਦਾ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਸ਼ਾਰਾ ਕਰਦੀਆਂ ਕਿ ਸਾਡੇ ਜਿਹੜੇ ਜਥੇਬੰਦਕ ਢਾਂਚੇ ਆ ਜਿਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਜਿਹੜੇ ਵੀ ਹੈਗੇ ਆ ਉਹਨਾਂ ਦੀ ਸਮਝ ਵਾਲੇ ਇਹਨਾਂ ਮਸਲਿਆਂ 'ਤੇ ਓਨੀ ਡੂੰਘੀ ਵਿਆਪਕ ਨਹੀਂ ਹੋਈ ਅੱਛਾ ਜੇ ਜੇ ਕਿਸੇ ਦੀ ਹੈ ਮੈਂ ਕੁਛ ਅੱਗੋਂ ਨੂੰ ਜਾਣਦਾ ਜਿਹਨਾਂ ਦੀ ਹੈ ਇਸ ਮਸਲੇ 'ਤੇ ਉਹਨਾਂ ਦੀਆਂ ਆਪਣੀਆਂ ਮਜ਼ਦੂਰੀਆਂ ਨੇ ਉਹਨਾਂ ਨੇ ਆਪਦੇ ਕਾਡਰ ਨੂੰ ਮੇਨਟੇਨ ਕਰਨਾ ਹੁਣ ਇੰਨੇ ਬੰਦਿਆਂ ਨੂੰ ਸਮਝਾਉਣਾ ਮੈਨੂੰ ਨਹੀਂ ਲੱਗਦਾ ਪੋਸੀਬਲ ਆ ਮੇਰੇ ਲਈ ਵੀ ਨਹੀਂ ਤੁਹਾਡੇ ਲਈ ਵੀ ਕਿਸੇ ਲਈ ਵੀ ਨਹੀਂ ਇਹ ਜਿਹੜਾ ਤੁਹਾਡਾ ਇਹ ਪੁਆਇੰਟ ਆ ਇਹ ਵੀ ਵੈਲਿਡ ਪੁਆਇੰਟ ਆ ਇਹਨੂੰ ਆਪਾਂ ਨਕਾਰ ਨਹੀਂ ਸਕਦੇ ਇੱਕ ਵਾਰ ਨਾ ਪਰਾਲੀ ਵਾਲੀ ਅੱਗ ਵਾਲੇ ਮਸਲੇ 'ਤੇ 2017 'ਚ ਇੱਕ ਜਥੇਬੰਦੀ ਝੰਡੇ ਲੈ ਕੇ ਖੇਤਾਂ 'ਚ ਖੜ੍ਹ ਗਈ ਸੀ ਵੀ ਅਸੀਂ ਤਾਂ ਅੱਗ ਲਵਾਵਾਂਗੇ ਤਾਂ ਉਦੋਂ ਮੇਰਾ ਉਹਨਾਂ ਨਾਲ ਵਾਹਵਾ ਕਲੈਸ਼ ਹੋਇਆ ਅਤੇ ਉਹਨਾਂ ਦੇ ਦੋ ਬੰਦੇ ਪੱਕੇ ਸੀਗੇ ਜਿਹੜੇ ਸੋਸ਼ਲ ਮੀਡੀਆ 'ਤੇ ਭਿੜਦੇ ਸੀਗੇ ਸਾਡੇ ਨਾਲ ਤਾਂ ਹੁਣ ਮੇਰੇ ਪੱਲੇ ਸੱਚ ਸੀ ਉਹਨਾਂ ਪੱਲੇ ਦਲੀਲ ਸੀਗੀ ਇੱਧਰ ਉੱਧਰ ਦੀ ਤਾਂ ਉਹ ਟੇਕ ਨਹੀਂ ਪਾਏ ਤਾਂ ਇੱਕ ਦਿਨ ਉਹਨਾਂ ਦੇ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਆ ਪੰਜਾਬ ਦੀ ਉਹਨਾਂ ਦੇ ਇੱਕ ਬੰਦੇ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ ਤਾਂ ਮੇਰੀ ਉਹਦੇ ਨਾਲ ਪੌਣਾ ਘੰਟਾ ਲੰਬੀ ਗੱਲਬਾਤ ਹੋਈ ਅਤੇ ਮੈਂ ਉਹਨੂੰ ਕਿਹਾ ਯਾਰ ਕਿਸਾਨਾਂ ਦੇ ਮੁੱਦੇ ਆਹ ਵੀ ਹੈਗੇ ਆ ਅਤੇ ਅਸੀਂ ਤੁਹਾਨੂੰ ਇੱਕ ਕਿਸਾਨ ਸਵਰਾਜ ਨੀਤੀ ਦਾ ਮਸੌਦਾ ਦਿੱਤਾ ਸੀਗਾ ਤੁਹਾਡੇ ਇੱਕ ਮੁੱਖ ਲੀਡਰ ਨੇ ਉਹਨੂੰ ਪੜ੍ਹਿਆ ਅਤੇ ਉਹਨੇ ਸਾਨੂੰ ਕਿਹਾ ਕਿ ਯਾਰ ਜੋ ਤੁਸੀਂ ਇਹ ਕੀਤਾ ਲਿਖਿਆ ਇਹ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਇਹ ਜ਼ਬਰਦਸਤ ਚੀਜ਼ ਆ ਤਾਂ ਮੈਂ ਕਿਹਾ ਉਹਦੇ ਵਿੱਚ ਅਸੀਂ ਕਿਹਾ ਸੀਗਾ ਵੀ ਜਿਹੜਾ ਕਿਸਾਨ ਆ ਉਹਦਾ ਹੈਲਥ ਅਤੇ ਉਹਦੇ ਬੱਚਿਆਂ ਦੀ ਐਜੂਕੇਸ਼ਨ ਉਹਦਾ ਸਾਰਾ ਖਰਚਾ ਸਰਕਾਰ ਰੋਕੇ ਦੂਸਰਾ ਦੋ ਚੀਜ਼ਾਂ ਇਹ ਹੋ ਗਈਆਂ ਤੀਸਰਾ ਕਿਸਾਨ ਦੀ ਘੱਟੋ ਘੱਟ ਮੰਥਲੀ ਇਨਕਮ ਸਰਕਾਰ ਫਿਕਸ ਕਰੇ ਅਤੇ ਚੌਥਾ ਜਿਹੜਾ ਕਿਸਾਨ ਕੁਦਰਤੀ ਖੇਤੀ ਕਰਨਾ ਚਾਹੁੰਦਾ ਉਹਨੂੰ ਸਰਕਾਰ 5,000 ਰੁਪਏ ਪ੍ਰਤੀ ਏਕੜ ਸਪੋਰਟ ਕਰੇ ਅਤੇ ਇਹਦੇ ਪਿੱਛੇ ਦਾ ਜਿਹੜਾ ਤਰਕ ਆ ਸਾਡਾ ਜਾਂ ਸਾਡੀ ਦਲੀਲ ਆ ਉਹ ਇਹ ਆ ਕਿ ਕਿਸਾਨ ਅਸਲ ਦੇ ਵਿੱਚ ਸਰਕਾਰ ਲਈ ਕੰਮ ਕਰ ਰਿਹਾ ਕਿਉਂਕਿ ਜੇ ਆਪਾਂ ਸੋਚੀਏ ਵੱਧਦੀ ਮਹਿੰਗਾਈ ਦਰ ਦੇ ਹਿਸਾਬ ਨਾਲ ਤਾਂ ਜਿਹੜੀਆਂ ਦਵਿੰਦਰ ਸ਼ਰਮਾ ਜੀ ਦੇ ਮੁਤਾਬਕ 120 ਤੋਂ ਲੈ ਕੇ 320% ਤੱਕ ਤਨਖਾਹਾਂ ਦੇ ਵਿੱਚ ਵਾਧਾ ਹੋਇਆ ਪਿਛਲੇ 40-45 ਸਾਲਾਂ 'ਚ ਅਤੇ ਉਸ ਅਨੁਪਾਤ 'ਚ ਕਿਸਾਨ ਦੀ ਚਿੰਸ ਦੇ ਵਿੱਚ ਫੀਸਦੀ ਨੂੰ ਛੱਡੋ 19 ਗੁਣਾ ਦਾ ਵਾਧਾ ਹੋਇਆ 19 ਗੁਣਾ ਦਾ ਠੀਕ ਹੈ ਅਤੇ ਜੇ ਉਹ ਕਹਿੰਦੇ ਵੀ 100% ਦੇ ਹਿਸਾਬ ਨਾਲ ਵੀ ਆਪਾਂ ਕਿਸਾਨ ਦੀ ਜਿੰਸ ਨੂੰ ਮੁਕਰਰ ਕਰ ਦਈਏ ਉਹਦਾ ਰੇਟ ਤਾਂ ਕਣਕ 7600 ਨੂੰ ਕੁਆਂਟਲ ਹੋਣੀ ਚਾਹੀਦੀ ਹੈ ਅਤੇ ਝੋਨਾ 5500 ਰੁਪਏ ਨੂੰ ਕੁਆਂਟਲ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਕਿਸਾਨ ਆ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ ਸਬਸਿਡੀ ਦਿੰਦੇ ਹਾਂ ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਉਲਟਾ ਕਿਸਾਨ ਸਰਕਾਰਾਂ ਨੂੰ ਸਬਸਿਡੀ ਦੇ ਰਿਹਾ ਹੈ ਨਾ ਤਾਂ ਅਸੀਂ ਆਖਿਆ ਵੀ ਜੇ ਜਿਹੜੀ ਸਰਕਾਰ ਆ ਉਹਦੇ ਕੋਲ ਇਹ ਲੌਜਿਕ ਹੈ ਕਿ ਵੀ ਜੇ ਅਸੀਂ ਇੰਨਾ ਰੇਟ ਦੇਵਾਂਗੇ ਤਾਂ ਲੋਕਾਂ ਨੂੰ ਖਵਾਵਾਂਗੇ ਕਿਵੇਂ ਹੁਣ ਅਸੀਂ ਕਿਹਾ ਵੀ ਜੇ ਜਿਹੜੀ ਜਿਹੜੀ ਲੋਕਾਂ ਨੂੰ ਖਵਾਉਣ ਦੀ ਜ਼ਿੰਮੇਦਾਰੀ ਹੈ ਉਹ ਫਿਰ ਸਰਕਾਰ ਦੀ ਆ ਕਿਸਾਨ ਦੀ ਥੋੜ੍ਹੀ ਆ ਅਤੇ ਜੇ ਤੁਸੀਂ ਕਿਸਾਨ ਤੋਂ ਸਸਤਾ ਚਾਹੁੰਦੇ ਹੋ ਤਾਂ ਕਿਸਾਨ ਦੇ ਆਹ 4 ਖਰਚੇ ਚੱਕੋ ਕਿਸਾਨ ਨੇ ਤੁਹਾਨੂੰ ਸਸਤਾ ਵੀ ਦੇ ਦੇ ਅਤੇ 4 ਖਰਚੇ ਵੀ ਉਹਦੇ ਉੱਤੇ ਪਏ ਅਤੇ ਕਿਸਾਨ ਨੇ ਤਾਂ ਮਰਨਾ ਹੀ ਹੈ ਤਾਂ ਮੈਂ ਕਿਹਾ ਵੀ ਤੁਹਾਡੇ ਬੰਦਿਆਂ ਨੂੰ ਅਸੀਂ ਇਹ ਦਿੱਤਾ ਸੀ 17 ਜਥੇਬੰਦੀਆਂ ਹੁੰਦੀਆਂ ਸੀ ਉਦੋਂ ਅਤੇ ਤੁਸੀਂ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਇੱਕ ਇਸ਼ੂ ਨੂੰ ਵੀ ਆਪਣੇ ਏਜੰਡੇ 'ਤੇ ਲਿਆਉਂਦਾ ਤਾਂ ਉਹਨੇ ਬੜਾ ਨਿਰਲਾਜਤਾਪੂਰਨ ਜਿਹਾ ਉੱਤਰ ਦਿੱਤਾ ਕਹਿੰਦਾ ਦੇਖੋ ਜੀ ਅਸੀਂ ਇਹ ਦੇਖਣਾ ਹੁੰਦਾ
ਵੀ ਮੌਕੇ ਤੇ ਕਿਹੜੇ ਮੁੱਦੇ ਤੇ ਲੋਕ ਇਕੱਠੇ ਹੋ ਸਕਦੇ ਤੇ ਦੂਸਰਾ ਅਵੇਅਰਨੈਸ ਦਾ ਲੈਵਲ ਕੀ ਹੈ ਤਾਂ ਮੈਂ ਆਖਿਆ ਯਾਰ ਵੀ ਅਵੇਅਰਨੈਸ ਕਿਹੜਾ ਤਾਂ ਤੁਹਾਡੀ ਗਣੀ ਹੈ ਤੁਹਾਡੇ ਕੋਲ ਫੰਡ ਆ ਪਿੰਡਾਂ 'ਚ ਕਰੋ ਨੁੱਕੜ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਅਵੇਅਰਨੈਸ ਕਰੋ ਅਤੇ ਉਹ ਕਹਿੰਦੇ ਜੀ ਉਹਦਾ ਤਾਂ ਸਾਡਾ ਟੂਲ ਹੈਗਾ ਧਰਨੇ ਹੁਣ ਧਰਨੇ 'ਤੇ ਬਹੁਤੇ ਲੋਕ ਐਜੂਕੇਟ ਹੋਣ ਵਾਸਤੇ ਥੋੜ੍ਹੀ ਜਾਂਦੇ ਅਤੇ ਜੇ ਧਰਨੇ ਨਾਲ ਐਜੂਕੇਟ ਹੁੰਦੇ ਹੁੰਦੇ ਲੋਕ ਤਾਂ ਫਿਰ ਬਰਨਾਲਾ ਉੱਥੇ ਦਾ ਉੱਥੇ ਕਿਉਂ ਹੈ ਤਾਂ ਇਹ ਉਹ ਉਸ ਚੀਜ਼ ਦਾ ਦੂਜਾ ਪੱਖ ਆ ਜਿਹੜੀ ਤੁਸੀਂ ਕਹੀ ਸੀ